हेलो साथियों की हालचाल है श्री काल जी सब ਨੂੰ ਸਵਾਗਤ ਆਪ ਸਭ ਦਾ ਤੁਹਾਡੇ ਆਪਣੀ YouTube ਚੈਨਲ ਅਗਜ਼ਾਫਿਰ ਤੋਂ ਦੋਸਤੋ ਲੈ ਕੇ ਆ ਚੁੱਕੇ ਹਾਂ ਜੀ ਪ੍ਰੀ ਬੋਰਡ ਫਰਬਰੀ 2022 ਵਿਸਾ ਪੰਜਾਬੀ ਜਰਨਲ ਜੀहां दोस्तों ਤੇ ਜਮਾਤ ਹੈ ਜੀ 11ਵੀਂ 11ਵੀਂ ਜਮਾਤ ਦਾ ਇਹ ਐਗਜ਼ਾਮ ਹੈ ਤੇ ਵਿਸਾ ਪੰਜਾਬੀ ਜਰਨਲ ਦਾ ਐਗਜ਼ਾਮ ਹੈ ਤੇ ਟੋਟਲ ਅੰਕ ਤੁਸੀਂ ਇੱਥੇ ਦੇਖ ਸਕਦੇ ਹੋ 40 ਹੈ ਠੀਕ ਹੈ ਤੇ ਸਮਾਂ ਹੈ ਜੀ ਤੁਹਾਡੇ ਕੋਲ 3 ਘੰਟੇ ਠੀਕ ਹੈ ਏਐਜੀ ਤੁਹਾਡਾ एग्जाम ਜੋ ਕਿ ਤੁਹਾਡਾ 14 ਫਰਵਰੀ ਨੂੰ ਹੋਣ ਜਾ ਰਿਹਾ ਹੈ ਬਹੁਤ ਸਾਰੇ ਬੱਚਿਆਂ ਦਾ 14 ਫਰਵਰੀ ਨੂੰ ਪੰਜਾਬੀ ਜਰਨਲ ਦਾ एग्जाम ਹੋਣ ਜਾ ਰਿਹਾ ਠੀਕ ਹੈ ਗਰਮੀ ਕਲਾਸ ਦਾ ਤਾਂ ਏਐਜੀ एग्जाम ਤਾਂ ਦੋਸਤੋ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਪਰਸਨ ਨੰਬਰ 1 ਸੁੰਦਰ ਲਿਖਾਈ ਤੇ 2 ਅੰਕ ਹੋਣਗੇ ਠੀਕ ਹੈ ਤੇ ਪਰਸਨ ਨੰਬਰ 3 ਦੋ ਵਸਤੂ ਨਿਸ਼ਟ ਪਰਸਨ ਠੀਕ ਹੈ ਤਾਂ ਸਭ ਤੋਂ ਪਹਿਲਾਂ 5 ਕੁਸਚਨ ਨੇ ਇੱਕ ਇੱਕ ਮਾਰਕਸ ਦੇਣੇ ਠੀਕ ਹੈ ਤੁਸੀਂ ਦੇ ਸਕਦੇ ਹੋ ਇਹਨੇ ਤੁਹਾਡੇ ਕੁਐਸਚਨ ਤੇ ਇਸ ਦੇ ਜੋ ਆਨਸਰ ਨੇ ਯਾਨੀ ਕਿ ਇਸ ਦਾ ਸਰੂਸਨ ਹੈ ਉਹ ਵੀ ਤੁਹਾਨੂੰ ਨੈਕਸਟ ਵੀਡੀਓ ਚ ਮਿਲ ਜਾਵੇਗਾ ਤਾਂ ਜਦ ਤੱਕ ਵੇਟ ਕਰਨਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਯੂਜ਼ ਕਰ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ तो बच्चों पढ़ाई में डाउट्स आ रहे हैं तो घुबराने की कोई ज़रूरत नहीं जी हाँ दोस्तों आपके पास है डाउट नेट तो सिंपली आप अपने क्वेश्चन का फोटो खींचे और इसे क्रॉप करें और तुरंत आप पाँच सेकंड में इसका सलूशन पा सकते हैं डाउट डाउटनेट तो से। दोस्तों आप पूछ सकते हैं अनलिमिटेड सवाल वो भी बिल्कुल फ्री में जी हाँ दोस्तों चाहे आपका क्वेश्चन सिक्स टू ट्वेल्व तक का हो आई आई टी जे नीट तक का हो या फिर आपका सी बी एस ई यू पी बिहार राजस्थान अदर स्टेट बोर्ड का कोई भी क्वेश्चन हो फिजिक्स केमिस्ट्री मैथ बायोलॉजी साइंस किसी भी सब्जेक्ट का जो आपका जो क्वेश्चन हो और साथ ही दोस्तों डॉटोरट पर चल रही है ऑनलाइन क्लासेस नौवीं से लेकर बारहवीं तक आईआईटी आई, आई टी नीट जिसे पढ़कर देश में कोने कोने से बच्चे लेकर आए हैं टॉप रैंक तो गाइस अभी डाउनलोड करे डाउटनेट को और अपने डाउट भगाओ और लेकर आओ फर्स्ट चे नाल बैल लाइकन भी जरूर प्रेस कर लो क्योंकि पंजाब स्कूल एजुकेशन बोर्ड न संबंधित हर विषय के जो एग्जाम हो गए उससे थोड़ी हेल्प होंगी रहेगी दोस्तों नहीं जो थोड़ा एग्जाम है ये है ठीक है बाकी प्रश्न नंबर तीन आ चुका ठीक है ਕਿਸੇ ਦੋ ਪਰਸਨਲੇ ਉੱਤਰ ਦਿਓ ਠੀਕ ਹੈ ਪੰਜ ਨੰਬਰਾਂ ਦੇ ਕੁਐਸਚਨ ਹੈ। ਕਈ ਬਿਲਕੁਲ ओरिजिनल ਐਗਜ਼ਾਮ ਹੈ ਜੀ ਇਸ ਤੇ ਬਹੁਤ سارے ਕੁਐਸਚਨ ਇਹਨਾਂ ਚੋਂ ਦੇਖਣ ਨੂੰ ਮਿਲਣਗੇ ਠੀਕ ਹੈ ਐਗਜ਼ਾਮ 'ਚ। ਤਾਂ ਤੁਸੀਂ ਦੇ ਸਕਦੇ ਹੋ ਤੇ ਇੱਥੋਂ ਜੇ ਤੁਹਾਡਾ ਐਗਜ਼ਾਮ ਉਹ ਖਤਮ ਹੋ ਜਾਂਦਾ ਠੀਕ ਹੈ। ਜਨਰਲ ਪੰਜਾਬੀ ਦਾ ਇਹ ਐਗਜ਼ਾਮ ਹੈ ਠੀਕ ਹੈ। ਤਾਂ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਇਸ ਦੀ ਪੀਡੀਐਫ ਫਾਈਲ ਚਾਹੀਦੀ ਹੈ ਉਹ ਵੀ ਤੁਹਾਨੂੰ ਸਾਡੇ WhatsApp ਤੇ Telegram ਗਰੁੱਪ 'ਚ ਮਿਲ ਜਾਵੇਗੀ ਤਾਂ ਤੁਸੀਂ ਉੱਥੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤਾਂ ACGS ਦੀ ਵੀਡੀਓ ਜੀ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ ਤੇ ਸਾਡੇ ਚੈਨਲ ਨੂੰ ਆਪਣੀ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਤੇ ਚਲੋ ਜੀ ਮਿਲਦੇ ਹਾਂ ਨਵੇਂ ਵੀਡੀਓ ਨਾਲ